ਏਅਰਪੋਰਟ ਤੇ ਪੁੱਜਦੇ ਸਾਰ ਹੀ ਉਹਦੇ ਏਜੰਟ ਨੇ ਇਹ ਗੱਲ ਕਹਿ ਕੇ ਕਹਿ ਦਿੱਤੀ ਤੇ ਉਹਨੇ ਆਪਣੇ ਹਸਬੈਂਡ ਨੂੰ 1 ਮੰਥ ਦੇ ਵਿੱਚ ਬੁਲਾ ਲਿਆ ਸੀ ਪਹਿਲੇ ਸਮੈਸਟਰ ਦੇ ਵਿੱਚ। ਸੋ ਜ਼ਿਆਦਾ ਕਰਕੇ ਕਾਲਜ ਯੂਨੀਵਰਸਿਟੀ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੀਆਂ। ਸੋ ਕੀ ਕਰ ਸਕਦੇ ਨੇ ਜੀ, ਜ਼ਰੂਰੀ ਨਹੀਂ ਹੁੰਦਾ ਆਪਾਂ ਲਾਸਟ 6 ਮਹੀਨੇ ਦੇ ਹੀ ਸ਼ੋਅ ਕਰਨੇ ਹੁੰਦੇ ਆ, ਪਰ ਤੁਹਾਨੂੰ ਇਹ ਸ਼ੋਰਿਟੀ ਹੈਗੀ ਆ ਵੀ ਜਿਹੜੀ ਉਹ LMI ਤੁਹਾਨੂੰ ਦਿੱਤੀ ਉਹ ਬੰਦਾ ਤੁਹਾਨੂੰ ਇੱਥੇ ਆ ਕੇ ਕੰਮ ਦਊਗਾ। ਸੋ ਉਹ ਚੀਜ਼ਾਂ ਲੱਗਦੀਆਂ ਨੇ ਇਹਦੇ ਵਿੱਚ, ਕੁਝ ਐਕਸਟਰਾ ਡਾਕੂਮੈਂਟਸ ਨਹੀਂ ਲੱਗਦੇ ਜਾਂ ਕੋਈ ਫੇਕ ਨਹੀਂ ਆਪਾਂ ਕੁਝ ਬਣਾਉਣਾ ਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਤੁਹਾਡੇ ਸਾਰਿਆਂ ਦਾ ਕਰਦਾ ਸਵਾਗਤ ਤੁਹਾਡੇ ਆਪਣੇ YouTube ਚੈਨਲ ਅਰਸ਼ ਸਿੰਘ ਪਰੀਆ ਦੇ ਵਿੱਚ। ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਕਰ ਦਿਆ ਕਰੋ ਜੇ ਵਲੋਗ ਚੰਗਾ ਲੱਗਦਾ। ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਆਪਣੀ ਰਾਏ, ਜ਼ਰੂਰ ਦਿਆ ਕਰੋ, ਬਟ ਦਿਆ ਕਰੋ ਸਾਰਾ ਵਲੋਗ ਦੇਖ ਕੇ, ਕਿਉਂਕਿ ਕਈ ਅੱਧੇ ਜਿਹੜੇ ਸਟਾਰਟਿੰਗ ਨੂੰ ਜੱਜ ਕਰਕੇ ਵਲੋਗ 'ਚ ਜਿਹੜਾ ਗਲਤ ਕਮੈਂਟ ਕਰਦੇ ਰਹਿੰਦੇ ਨੇ। ਸੋ ਵਲੋਗ ਨੂੰ ਇੱਕ ਵਾਰ ਚੈੱਕ ਕਰਿਆ ਕਰੋ, ਇਹਦੇ ਵਿੱਚ ਕੁਝ ਝੂਠ ਨਹੀਂ ਹੁੰਦਾ, ਸਾਰਾ ਕੁਝ ਆਪਣੇ ਵੱਲੋਂ ਨਹੀਂ, ਮੈਂ ਕੁਝ ਬਣਾਉਂਦਾ ਤੁਹਾਡੇ ਲਈ, ਸਾਰਾ ਕੁਝ ਜੋ ਵੀ ਹੈ ਸੱਚਾਈ ਹੈ ਉਹੀ ਤੁਹਾਡੇ ਸਾਹਮਣੇ ਲੈ ਕੇ ਆਉਂਦਾ। ਜਿਹੜੀਆਂ ਚੀਜ਼ਾਂ ਮੈਂ ਇੱਥੇ ਫੇਸ ਕੀਤੀਆਂ ਜਾਂ ਮੈਂ ਦੇਖ ਰਿਹਾ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰ ਦਿੰਦਾ। ਸੋ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਜੀ ਇੱਕ ਨਵੇਂ ਟੌਪਿਕ ਦੇ ਨਾਲ, ਤੇ ਜਿੰਨੇ ਵੀ ਜਿਹੜੇ ਕੈਨੇਡਾ ਆਉਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਇਹ ਵਲੋਗ ਬਣਾ ਰਿਹਾ ਮੈਂ। ਸੋ ਆਪਾਂ ਇਹ ਵਲੋਗ ਦੇ ਵਿੱਚ ਆਪਾਂ ਇਹ ਚੀਜ਼ ਦੱਸਾਂਗੇ ਕਿ ਕਿਹੜੇ ਢੰਗ ਦੇ ਨਾਲ ਆਪਾਂ ਕੈਨੇਡਾ ਈਜ਼ੀ ਵੇ 'ਚ ਆ ਸਕਦੇ ਹਾਂ। ਸੋ ਪਹਿਲਾਂ ਮੈਂ ਤੁਹਾਨੂੰ ਢੰਗ ਦੱਸਦਾ ਜੀ ਕਿੰਨੇ ਤਰ੍ਹਾਂ ਦੇ ਹੁੰਦੇ। ਸਭ ਤੋਂ ਪਹਿਲਾਂ ਸਟੱਡੀ ਵੀਜ਼ਾ ਹੁੰਦਾ ਜੀ, ਫਿਰ ਆਪਾਂ ਸਪਾਊਸ ਲਾ ਸਕਦੇ ਹਾਂ, ਆਪਾਂ ਵਿਜ਼ਟਰ ਤੇ ਆ ਸਕਦੇ ਹਾਂ, ਤੇ ਆਪਾਂ LMI ਤੇ ਆ ਸਕਦੇ ਹਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਾਨੂੰ ਸਪੌਂਸਰ ਕੀਤਾ ਕਿਸੇ ਨੇ, ਹੈ ਨਾ। ਸੋ ਇਹ ਜਿਹੜੇ 4-5 ਦੇ ਢੰਗ ਨੇ ਜਿਹੜੇ ਜਿਨ੍ਹਾਂ ਦੇ ਆਪਾਂ ਅਪਲਾਈ ਕਰਕੇ ਆਪਾਂ ਕੈਨੇਡਾ ਆ ਸਕਦੇ ਹਾਂ। ਸੋ ਆਪਾਂ ਸ਼ੁਰੂ ਕਰਾਂਗੇ ਜੀ ਪਹਿਲਾਂ ਸਭ ਤੋਂ ਸੌਖਾ ਢੰਗ, ਜਿਹੜਾ ਕਿ ਇੱਕ 20 ਸਾਲ ਦਾ ਸਟੂਡੈਂਟ ਵੀ ਲਗਾ ਸਕਦਾ ਤੇ 30 ਸਾਲ ਦਾ ਵੀ ਕੋਈ ਹੈਗਾ ਜਾਂ ਮੇਲ ਆ ਜਾਂ ਫੀਮੇਲ ਆ ਉਹ ਲਗਾ ਸਕਦੇ ਨੇ ਇਹਨੂੰ। ਸੋ ਇਹਦੇ ਵਿੱਚ ਏਜ ਨਹੀਂ ਮੈਟਰ ਕਰਦੀ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਸਟੱਡੀ ਪਰਮਿਟ। ਸਟੱਡੀ ਪਰਮਿਟ ਕਿਉਂ ਸਭ ਤੋਂ ਈਜ਼ੀ ਹੈ ਜੀ, ਕਿਉਂਕਿ ਜਦੋਂ +2 ਬਾਅਦ ਜੇ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਆਪਣੀ ਫਾਈਲ ਲਗਾਉਂਦੇ ਹਾਂ ਤਾਂ ਇੱਕ ਜਿਹੜਾ ਸਟੱਡੀ ਵੀਜ਼ਾ ਹੀ ਇੰਨਾ ਸੌਖਾ ਲੱਗਦਾ ਹੈ, ਕਿਉਂਕਿ ਇਹਦੇ ਵਿੱਚ ਜ਼ਿਆਦਾ ਡਾਕੂਮੈਂਟਸ ਦੀ ਲੋੜ ਨਹੀਂ ਹੁੰਦੀ। ਸਾਡੇ ਆਪਣੇ ਜਿਹੜੇ ਨੋਰਮਲੀ ਆਪਾਂ 12ਵੀਂ ਦੇ ਸਾਡੇ ਸਰਟੀਫਿਕੇਟ ਹੁੰਦਾ ਜਾਂ ਗ੍ਰੈਜੂਏਸ਼ਨ ਕੀਤੀ ਹੈ, BA ਕੀਤੀ ਹੈ, BSc ਕੁਛ ਵੀ ਕੀਤਾ ਆ, ਉਹਦੇ ਸਿਰਫ ਸਰਟੀਫਿਕੇਟ ਲੱਗਦੇ ਨੇ, ਬਾਕੀ ਜਿਹੜੀ ਆਪਣੀ ਕਾਲਜ ਦੀ ਫੀਸ ਲੱਗਦੀ ਆ ਤੇ GIC ਲੱਗਦੀ ਆ। GIC ਮਤਲਬ ਹੁੰਦਾ ਜਿਹੜੇ ਸਾਡੇ ਅਕਾਊਂਟ ਦੇ ਵਿੱਚ ਇੱਥੇ ਪੈਸੇ ਆਉਂਦੇ ਨੇ ਉਹ ਆਪਾਂ ਯੂਜ਼ ਕਰ ਸਕਦੇ ਆ। ਸੋ ਉਹ ਚੀਜ਼ਾਂ ਲੱਗਦੀਆਂ ਨੇ ਇਹਦੇ ਵਿੱਚ, ਕੁਝ ਐਕਸਟਰਾ ਡਾਕੂਮੈਂਟਸ ਨਹੀਂ ਲੱਗਦੇ ਜਾਂ ਕੋਈ ਫੇਕ ਨਹੀਂ ਆਪਾਂ ਕੁਝ ਬਣਾਉਣਾ ਹੁੰਦਾ। ਸੋ ਇਹ ਵੀਜ਼ੇ ਦੀ ਸਕਸੈਸ ਰੇਟ ਜ਼ਿਆਦਾ ਹੈ ਕਿਉਂਕਿ ਆਪਾਂ ਇੱਥੇ ਸਟੱਡੀ ਕਰਨ ਆ ਰਹੇ ਹਾਂ। ਸੋ ਸਟੱਡੀ ਵੀ ਆਪਾਂ ਪਰਮਾਨੈਂਟ ਨਹੀਂ ਕਰਦੇ ਹੁੰਦੇ, ਸਟੱਡੀ ਹੁੰਦੀ ਹੈ 2 ਸਾਲ ਦੀ ਜਾਂ 3 ਸਾਲ ਦੀ। 2 ਸਾਲ ਦੀ ਕਰਦੇ ਹਾਂ ਤੇ ਉਹਨੂੰ ਆਪਾਂ ਡਿਪਲੋਮਾ ਕਹਿ ਸਕਦੇ ਹਾਂ, ਜੇ 3 ਸਾਲ ਦੀ ਜਾਂ 4 ਸਾਲ ਦੀ ਹੋ ਜੇ ਉਹ ਡਿਗਰੀ ਹੋ ਜਾਂਦੀ ਹੈ। 2 ਸਾਲ ਦੀ ਸਟੱਡੀ ਕਰਕੇ ਵੀ ਸਾਨੂੰ ਜਿਹੜਾ ਡਿਪਲੋਮਾ ਆਪਾਂ 2 ਸਾਲ ਦਾ ਕਰਦੇ ਹਾਂ, 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਤੇ 3 ਸਾਲ ਦੀ ਡਿਗਰੀ ਕਰਕੇ ਵੀ ਸਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਜੇਕਰ ਕੋਈ ਸਟੂਡੈਂਟ 1 ਸਾਲ ਦੀ ਮਤਲਬ 8 ਮਹੀਨਿਆਂ ਦੀ ਸਟੱਡੀ ਲੈ ਕੇ ਆਉਂਦਾ ਹੈ, 2 ਸਮੈਸਟਰ ਹੁੰਦੇ ਆ, ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ। ਸੋ ਇਹ ਵਰਕ ਪਰਮਿਟ ਦੀਆਂ ਗੱਲਾਂ ਨੇ ਅੱਗੇ ਮਿਲਣਾ ਹੀ ਮਿਲਣਾ ਹੁੰਦਾ ਜੇਕਰ ਤੁਹਾਡਾ ਕਾਲਜ ਪਬਲਿਕ ਹੈ। ਜੇ ਪਬਲਿਕ ਕਾਲਜ ਹੋਵੇਗਾ ਤਾਂ ਤੁਹਾਨੂੰ ਇਹ ਵਰਕ ਪਰਮਿਟ ਮਿਲਣੇ ਆ, ਜੇ ਪ੍ਰਾਈਵੇਟ ਕਾਲਜ ਆ ਸੋ ਜਿਹੜਾ ਪ੍ਰਾਈਵੇਟ ਕਾਲਜ ਨੇ ਉਹ ਬਿਲਕੁਲ ਵੀ ਜਿਹੜਾ ਵਰਕ ਪਰਮਿਟ ਨਹੀਂ ਦਿੰਦੇ। ਸੋ ਅੱਜ ਕੱਲ੍ਹ ਇਮੀਗ੍ਰੇਸ਼ਨ ਨੇ ਵੀ ਬਹੁਤ ਜ਼ਿਆਦਾ ਸਕੰਜਾ ਜਿਹੜਾ ਕੱਸ ਦਿੱਤਾ, ਜਿਹਦੇ ਕਰਕੇ ਜਿਹੜੇ ਜਿਨ੍ਹਾਂ ਦੇ ਕਾਲਜਿਸ ਦੇ ਬੌਂਡ ਵੀ ਹੈਗੇ ਸੀ, ਜਿਵੇਂ ਥੋੜ੍ਹਾ ਮੋਟਾ ਕਿਸੇ ਨਾਲ ਮਿਲਦੇ ਜੁਲਦੇ ਵੀ ਹੈਗੇ ਸੀ ਜਾਂ ਕਿਸੇ ਪਬਲਿਕ ਬੌਂਡ ਸੀ, ਵਰਕ ਪਰਮਿਟ ਕਿਤੇ ਨਾ ਕਿਤੇ ਮਿਲ ਜਾਂਦਾ ਸੀ, ਬਟ ਉਹ ਹੁਣ ਸਾਰਾ ਕੁਝ ਬੰਦ। ਸੋ ਜੇਕਰ ਆਪਾਂ ਹੁਣ ਸਟੱਡੀ ਵੀਜ਼ੇ ਤੇ ਵੀ ਆਉਂਦੇ ਹਾਂ, ਸੋ ਸਾਰੀ ਚੀਜ਼ਾਂ ਦਾ ਆਪਾਂ ਧਿਆਨ ਰੱਖ ਕੇ ਆਈਏ। ਸਿੱਧਾ ਏਜੰਟ ਤੇ ਭਰੋਸਾ ਨਾ ਰੱਖਿਆ ਕਰੋ, ਆਪ ਥੋੜਾ ਵੈਰੀਫਾਈ ਕਰਿਆ ਕਰੋ, ਕਾਲਜ ਦਾ ਆਫਰ ਲੈਟਰ ਉਹਨਾਂ ਨੂੰ ਚੈੱਕ ਕਰਿਆ ਕਰੋ ਕਿ ਪਬਲਿਕ ਹੈ ਜਾਂ ਪ੍ਰਾਈਵੇਟ ਹੈ, ਫੀਸ ਚੈੱਕ ਕਰਿਆ ਕਰੋ ਕਾਲਜ ਦੀ। ਸੋ ਇਹ ਚੀਜ਼ਾਂ ਦਾ ਆਪਾਂ ਜ਼ਰੂਰ ਜਿਹੜਾ ਗੌਰ ਰੱਖਣ ਦੀ ਜ਼ਰੂਰਤ ਨਹੀਂ ਤੇ ਗੌਰ ਕਰੀਏ। ਸੋ ਇਹ ਤਾਂ ਗੱਲ ਹੋ ਗਈ ਜੀ ਸਟੱਡੀ ਪਰਮਿਟ ਦੀ, ਸਭ ਤੋਂ ਈਜ਼ੀ ਵੇ ਮੈਂ ਇਹਨੂੰ ਹੀ ਕਹੂੰਗਾ ਕਿਉਂਕਿ ਇਹ ਸੌਖਾ ਢੰਗ ਹੈ ਇੱਥੇ ਆਉਣ ਦਾ। ਦੂਜਾ ਕੀ ਹੈ, ਜਿਹੜਿਆਂ ਦੀ ਏਜ ਜ਼ਿਆਦਾ ਹੋ ਗਈ ਹੈ ਨਾ, ਜਿਨ੍ਹਾਂ ਦਾ ਕੋਈ ਗੈਪ ਪੈ ਗਿਆ 5 ਸਾਲ ਦਾ 6 ਸਾਲ ਦਾ, ਉਹਨਾਂ ਨੂੰ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਸਟੱਡੀ ਵੀਜ਼ਾ ਨਹੀਂ ਮਿਲਦਾ ਕਿਉਂਕਿ ਉਹਨਾਂ ਦਾ ਗੈਪ ਹੁੰਦਾ।
ਸੋ ਜ਼ਿਆਦਾ ਕਰਕੇ ਕਾਲਜ ਯੂਨੀਵਰਸਿਟੀ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੀਆਂ। ਸੋ ਕੀ ਕਰ ਸਕਦੇ ਨੇ ਜੀ, ਕੋਈ ਨਾ ਕੋਈ ਆਪਣਾ ਡਿਪਲੋਮਾ ਕਰ ਸਕਦੇ ਨੇ ਵਿੱਚ, ਜੇ ਕੋਈ ਸ਼ੋਅ ਕਰ ਸਕਦੇ ਨੇ, ਮਤਲਬ ਕਰਨਾ ਤਾਂ ਹੁਣ ਪੋਸੀਬਲ ਨਹੀਂ ਰਹਿ ਗਿਆ ਹੋਣਾ ਜੀ 5 ਸਾਲ ਦੇ ਬਾਅਦ, 2 ਸਾਲ ਦਾ ਡਿਪਲੋਮਾ ਇੰਡੀਆ ਕਰੋਗੇ ਔਖਾ, 7 ਸਾਲ ਹੋ ਜਾਣੇ। ਜਿਵੇਂ ਆਪਾਂ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਤੁਸੀਂ ਦੇਖ ਸਕਦੇ ਹੋ, ਵੈਸੇ ਮੈਂ ਕਿਸੇ ਨੂੰ ਪ੍ਰੈਫਰ ਨਹੀਂ ਕਰਦਾ, ਬਟ ਜੇ ਕਿਸੇ ਨੇ ਮੈਥੀ ਲਿਆ ਵੀ ਮੈਂ ਆਣਾ ਹੀ ਆਣਾ ਹੈ, ਉਹ ਇਹ ਚੀਜ਼ ਕਰ ਸਕਦਾ ਕਿ ਡਾਕੂਮੈਂਟ ਬਣਵਾ ਸਕਦਾ, ਏਜੰਟ ਬਣਵਾ ਦਿੰਦੇ ਜਾਂ ਕੋਈ ਹੋਰ ਬਣਵਾ ਦਿੰਦੇ, ਕੋਈ ਡਿਪਲੋਮਾ ਸ਼ੋਅ ਕਰ ਦਿੰਦੇ, ਕੋਈ ਕੰਪਿਊਟਰ ਦਾ ਕੋਰਸ ਸ਼ੋਅ ਕਰ ਦਿੰਦੇ, ਉਹ ਚੀਜ਼ਾਂ ਸ਼ੋਅ ਕਰਕੇ ਤੁਸੀਂ ਆਪਣਾ ਜਿਹੜਾ ਵੀਜ਼ਾ ਲਾ ਸਕਦੇ ਹੋ। ਸੋ ਇਹ ਗੱਲਾਂ ਹੋ ਗਈਆਂ ਸਟੱਡੀ ਪਰਮਿਟ ਦੀਆਂ। ਦੂਜੀ ਵੱਲ ਮੈਂ ਵੱਧਦਾ ਜੀ, ਜਿਹੜਾ ਇੱਕ ਹੋਰ ਸੌਖਾ ਢੰਗ ਹੋਏਗਾ ਜੀ, ਸਪਾਊਸ ਵੀਜ਼ਾ। ਸਪਾਊਸ ਵੀਜ਼ੇ 'ਚ ਕੀ ਹੁੰਦਾ ਜੀ, ਜੇਕਰ ਕੁੜੀ ਜਾਂ ਫਿਰ ਮੁੰਡਾ ਆਇਲਸ ਕਰ ਲੈਂਦਾ, ਪ੍ਰੋਪਰ ਬੈਂਡ ਆ ਗਏ ਉਹਦੇ, ਤੇ ਉਹਦਾ ਵੀਜ਼ਾ ਲੱਗ ਜਾਂਦਾ ਹੈ। ਹੁਣ ਕਈ ਕਹਿਣਗੇ ਕਿ ਜੀ ਸਪਾਊਸ ਨਾਲ ਤਾਂ ਕੁੜੀਆਂ ਮੁੰਡੇ ਕੁੜੀਆਂ ਬਦਲ ਜਾਂਦੀਆਂ ਜਾ ਕੇ, ਸੋ ਸਾਰੇ ਜੀ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ। ਆਪਣਾ ਘਰੋਂ ਹੀ ਦੇਖ ਕੇ ਜਿਹੜੀ ਕੰਟਰੈਕਟ ਮੈਰਿਜ ਹੁੰਦੀ ਉਹਦੇ 'ਚ ਆਪਾਂ ਕਹਿ ਸਕਦੇ ਹਾਂ ਵੀ ਕੁੜੀਆਂ ਆ ਕੇ ਬਦਲ ਗਈਆਂ। ਜੇਕਰ ਅਰੇਂਜ ਮੈਰਿਜ ਜ਼ਿਆਦਾਤਰ ਹੋਵੇ ਜਾਂ ਕੋਈ ਵੀ ਕਹਿ ਲਓ ਵੀ ਘਰ ਪਰਿਵਾਰ ਚੰਗਾ ਹੋਵੇ, ਇਹ ਚੀਜ਼ਾਂ ਦੇਖ ਕੇ ਤੁਸੀਂ ਸਪਾਊਸ ਵੀਜ਼ਾ ਵੀ ਲਗਾਉਂਦੇ ਹੋ, ਸਿਰਫ ਵੀਜ਼ੇ 'ਤੇ ਨਾ ਜਾਇਆ ਕਰੋ, ਘਰ ਪਰਿਵਾਰ ਵੀ ਦੇਖਿਆ ਕਰੋ ਵੀ ਕਿਹੋ ਜਿਹਾ ਉਹਨਾਂ ਦਾ ਨੇਚਰ ਹੈ, ਕਿਹੋ ਜਿਹਾ ਉਹਨਾਂ ਦਾ ਬੈਕਗਰਾਉਂਡ ਹੈ। ਬੈਕਗਰਾਉਂਡ ਚੈੱਕ ਕਰਕੇ ਹਰ ਕੋਈ ਇੱਕੋ ਬਰਾਬਰ ਨਹੀਂ ਹੁੰਦਾ। ਸੋ ਮੈਂ ਪਰਸਨਲੀ ਤੁਹਾਨੂੰ ਦੱਸ ਦਿੰਦਾ, ਮੇਰੇ ਨਾਲ ਕੁੜੀ ਸਟੱਡੀ 'ਤੇ ਕਰਦੀ, ਸਟੱਡੀ ਵੀਜ਼ੇ 'ਤੇ ਸੀ, ਅਤੇ ਉਹਨੇ ਆਪਣੇ ਹਸਬੈਂਡ ਨੂੰ 1 ਮੰਥ ਦੇ ਵਿੱਚ ਬੁਲਾ ਲਿਆ ਸੀ, ਪਹਿਲੇ ਸਮੈਸਟਰ ਦੇ ਵਿੱਚ। ਉਦੋਂ ਸਾਰੀਆਂ ਇੱਕ ਬਰਾਬਰ ਨਹੀਂ ਹੁੰਦੀਆਂ, ਜੇ ਆਪਾਂ ਕਹੀਏ ਵੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹੈ। ਸੋ ਦੂਜੇ ਤੌਰ 'ਤੇ ਜਿਹੜਾ ਮੈਂ ਸੌਖੇ ਢੰਗ ਨਾਲ ਵੀਜ਼ਾ ਕਹੂੰਗਾ, ਉਹ ਸਪਾਊਸ ਵੀਜ਼ਾ ਹੀ ਹੈ, ਉਹਦੇ ਨਾਲ ਹੀ ਤੁਸੀਂ ਆ ਸਕਦੇ ਹੋ। ਅਤੇ ਸਪਾਊਸ ਵੀਜ਼ਾ ਇੱਕ ਇਹੋ ਜਿਹਾ ਵੀਜ਼ਾ ਹੈ ਕਿ ਜਿੱਥੇ ਕਿ ਇੱਕ ਸਟੂਡੈਂਟ 1 ਪੈਸੇ ਲਾ ਕੇ ਆਉਂਦਾ ਵੀ ਉਹ 18 ਜਾਂ 20 ਲੱਖ 30 ਲੱਖ ਰੁਪਇਆ ਲੱਗਿਆ ਹੁੰਦਾ ਇੱਕ ਬੰਦਾ ਦਾ, ਬਟ ਸਪਾਊਸ ਵੀਜ਼ੇ ਨਾਲ 2 ਬੰਦਿਆਂ ਦੇ ਅਤੇ 2 ਹੱਥ ਦੇ 4 ਹੱਥ ਹੋ ਜਾਂਦੇ, ਉਹ ਕੰਮ ਵੀ ਵੱਧ ਕਰ ਸਕਦੇ ਆ ਅਤੇ ਆਪਣਾ ਅੱਗੇ ਫਿਊਚਰ ਵੀ ਸਿਕਿਓਰ ਕਰ ਸਕਦੇ। ਇੱਕ ਬੰਦਾ PR ਹੋ ਗਿਆ, ਦੂਜੇ ਨੇ ਆਪਣੇ ਆਪ PR ਹੋ ਜਾਣਾ। ਸੋ ਇਹ ਚੀਜ਼ਾਂ ਦਾ ਸਪਾਊਸ ਵਿੱਚ ਬਹੁਤ ਜ਼ਿਆਦਾ ਕਿਤੇ ਫਾਇਦਾ ਹੋ ਜਾਂਦਾ। ਸੋ ਕੁਝ ਮਾੜੇ ਵੀ ਹੋ ਜਾਂਦੇ ਆ, ਕਿਉਂਕਿ ਮੈਨੂੰ ਪਰਸਨਲੀ ਜਿਹੜੇ ਮੈਸੇਜ ਆਏ ਸੀ ਕਿਸੇ ਦੇ, ਕੁੜੀ ਇੱਥੇ ਇੰਡੀਆ ਸੀ, ਕੁੜੀ ਜਿਹੜੀ ਸੀ ਉਹ ਇੱਥੇ ਕੈਨੇਡਾ ਸੀ, ਅਤੇ ਮੁੰਡਾ ਜਿਹੜਾ ਵਿਚਾਰਾ ਇੰਡੀਆ ਬੈਠਾ ਸੀ, ਮੁੰਡੇ ਦੇ ਮੈਨੂੰ ਮੈਸੇਜ ਆਏ ਸੀ, ਉਹਨੇ ਪਹਿਲੇ ਪ੍ਰੋਪਰ ਗੱਲ ਨਹੀਂ ਦੱਸੀ, ਪਰ ਜਦੋਂ ਉਹਨੇ ਮੇਰੇ ਨਾਲ ਪ੍ਰੋਪਰਲੀ ਗੱਲ ਖੋਲ੍ਹੀ ਤਾਂ ਉਹਨੇ ਮੈਨੂੰ ਜਿਹੜੀਆਂ ਗੱਲਾਂ ਦੱਸੀਆਂ ਉਹਦੇ ਵਿੱਚ ਇਹ ਸੀ ਕਿ ਕੁੜੀ ਉਹਨੂੰ ਕਾਫੀ ਹੱਦ ਤੱਕ ਇੱਥੇ ਆ ਕੇ ਮੁੱਕਰ ਗਈ ਸੀ, ਉਹਨੂੰ ਝੂਠ ਬੋਲਦੀ ਸੀ ਵੀ ਮੈਂ ਇੱਥੇ ਚੱਲੀ ਹਾਂ ਜਾਂ ਇੱਥੇ ਆਈ ਹਾਂ। ਸੋ ਇਹ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ, ਕੁਝ ਕੋਰਸ ਵੀ ਝੂਠੇ ਹੀ ਕਹਿ ਦੇਣਾ ਵੀ ਅੱਜ ਮੇਰੀ ਕਲਾਸ ਹੈ, ਸੋ ਕਲਾਸ ਦੀ ਇੱਕ ਚੀਜ਼ ਮੈਂ ਵੈਰੀਫਾਈ ਕਰਦਾ। ਕੋਰਸ ਹੁੰਦੇ ਨੇ ਉਹਦਾ ਧਿਆਨ ਰੱਖਿਆ ਕਰੋ, ਜਿਹੜਾ ਸਕੈਜੂਅਲ ਤੁਸੀਂ 1 ਸਮੈਸਟਰ 4 ਸਮੈਸਟਰ ਹੁੰਦੇ ਨੇ ਜੀ, ਜੇ ਆਪਾਂ 2 ਸਾਲ ਦਾ ਕੋਰਸ ਲੈ ਕੇ ਆਉਂਦੇ ਹਾਂ, ਉਹ 4 ਸਾਲ ਦੇ 2 ਸਾਲ ਦਾ ਜਿਹੜਾ ਸਮੈਸਟਰ ਹੁੰਦਾ, 1 ਸਮੈਸਟਰ 4 ਮਹੀਨੇ ਦਾ ਹੁੰਦਾ। ਸੋ 4 ਮਹੀਨੇ ਜਿਹੜਾ ਆਪਾਂ ਸਕੈਜੂਅਲ ਪਹਿਲਾਂ ਚੱਕ ਲਿਆ, ਸੋ ਉਹੀ ਚੱਲਣਾ ਜੇ ਆਪਣੀ ਸੋਮਵਾਰ ਨੂੰ ਕਲਾਸ ਅਤੇ ਸੋਮਵਾਰ ਹੀ ਲੱਗੂਗੀ। ਐ ਨਹੀਂ ਆ ਵੀ ਅੱਜ ਸਾਨੂੰ ਪ੍ਰੋਫੈਸਰ ਦਾ ਫੋਨ ਆ ਗਿਆ ਜੀ ਜਾਂ ਮੇਲ ਆ ਗਈ ਵੀ ਤੁਹਾਡੀ ਕਲਾਸ ਮੰਗਲਵਾਰੀ ਲੱਗਣੀ, ਜੇ ਪ੍ਰੋਫੈਸਰ ਨੇ ਨਹੀਂ ਆਉਣਾ ਸੋ ਤੁਹਾਨੂੰ ਉਸ ਦਿਨ ਛੁੱਟੀ ਹੈ। ਸੋ ਇਹ ਚੀਜ਼ਾਂ ਜਿਹੜੇ ਇੰਡੀਆ ਬੈਠੇ ਹੋਣ, ਉਹ ਵੀ ਚੀਜ਼ ਇਹਨਾਂ ਚੀਜ਼ਾਂ ਦਾ ਗੌਰ ਰੱਖਿਆ ਕਰੋ। ਸੋ ਇੱਕ ਬਾਈ ਕਹਿੰਦਾ ਸੀ ਵੀ ਮੈਂ ਉਹਨਾਂ ਦੇ ਘਰੇ ਜਾ ਕੇ ਨਾ ਇਹਦਾ ਰੋਲਾ ਪਾ ਦੂ ਕੁੜੀ ਉਹਦੇ, ਸੋ ਮੈਂ ਉਹ ਬਾਈ ਨੂੰ ਇਹ ਗੱਲ ਸਮਝਾਈ ਸੀ ਰੋਲਾ ਪਾਉਣ ਨਾਲ ਕੁਝ ਨਹੀਂ ਬਣਨਾ, ਪਿਆਰ ਨਾਲ ਗੱਲ ਕਰਕੇ ਆਪਣਾ ਇੱਕ ਵਾਰ ਬਾਹਰ ਆ ਜਾਓ, ਜਿਹੜਾ ਤੁਹਾਡਾ ਮਕਸਦ ਸੀ ਬਾਹਰ ਆਉਣ ਦਾ, ਐਟਲੀਸਟ ਤੁਸੀਂ ਬਾਹਰ ਤੇ ਪੁੱਜੋ, ਤੁਹਾਡਾ 20-25 ਲੱਖ ਲਾਇਆ ਹੋਇਆ ਖਰਾਬ ਤਾਂ ਨਾ ਜਾਵੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ, ਹਰ ਕੋਈ ਇੱਕ ਬਰਾਬਰ ਨਹੀਂ ਹੁੰਦਾ। ਸੋ ਦੂਜੇ ਨੰਬਰ 'ਤੇ ਜਿਹੜਾ ਸਪਾਊਸ ਵੀਜ਼ਾ ਏ, ਤੁਸੀਂ ਉਹ ਲਗਾ ਕੇ ਬਾਹਰ ਆ ਸਕਦੇ ਹੋ, ਕਿਉਂਕਿ ਆਪਾਂ ਜੇ 100 ਕੇਸ ਲੱਗਿਆ ਤੇ ਹਨਾ 100 'ਚੋਂ 10 ਖਰਾਬ ਹੁੰਦੇ, ਸਾਡੇ 10 ਨੋਟਿਸ 'ਚ ਆ ਜਾਂਦੇ, ਜਿਹੜੇ 90 ਲੱਗੇ ਨੇ ਆਪਾਂ ਉਹਨੂੰ ਭੁੱਲ ਜਾਂਦੇ ਹਾਂ। ਸੋ ਇਹ ਇੱਕ ਜਿਹੜਾ ਸੌਖਾ ਢੰਗ ਆ ਜਿਹਦੇ ਨਾਲ ਆਪਾਂ ਇੱਥੇ ਆ ਸਕਦੇ ਹਾਂ। ਸੋ ਤੀਜੇ ਨੰਬਰ 'ਤੇ ਜਿਹੜੀ ਮੈਂ ਗੱਲ ਕਰ ਰਿਹਾ, ਤੀਜੇ ਨੰਬਰ 'ਤੇ ਆਪਾਂ ਕਹਿ ਸਕਦੇ ਜੀ ਵਿਜ਼ਟਰ ਵੀਜ਼ਾ ਥੋੜ੍ਹਾ ਜਿਹਾ ਈਜ਼ੀ ਹੈ ਉਹਨਾਂ ਲਈ ਆ ਜਿਨ੍ਹਾਂ ਦੇ ਕੋਲ ਘਰੇ ਫੰਡ ਹੈਗੇ ਨੇ, ਜਾਂ ਕੋਈ ਗਵਰਨਮੈਂਟ ਜੋਬ ਕਰਕੇ ਰਿਟਾਇਰ ਹੋ ਗਿਆ, ਜਾਂ ਕੋਈ ਇੰਡੀਆ ਕੋਈ ਖੇਤੀਬਾੜੀ ਵੀ ਕਰ ਰਿਹਾ ਹੈ ਨਾ,
ਉਹ ਆਪਣੇ ਜੇ ਫਾਰਮ ਲਗਾ ਕੇ ਆਪਾਂ ਫਾਰਮਿੰਗ ਦੇ ਲਾ ਸਕਦੇ ਨਾ, ਫਾਰਮਿੰਗ 'ਚ ਆਪਾਂ ਬਹੁਤ ਕੁਛ ਸ਼ੋਅ ਕਰ ਸਕਦੇ ਵੀ ਸਾਡੇ ਡੈਰੀ ਪਲਾਂਟ ਨੇ ਜਾਂ ਆਪਾਂ ਪੋਲਟਰੀ ਫਾਰਮ ਖੋਲ੍ਹੇ ਹੋਏ ਨੇ, ਇਹ ਚੀਜ਼ਾਂ ਆਪਾਂ ਸ਼ੋਅ ਕਰਕੇ ਵਿਜ਼ਟਰ ਵੀਜ਼ਾ ਲਗਾ ਸਕਦੇ ਹਾਂ। ਇਹ ਮੈਂ ਕਿਉਂ ਕਿਹਾ ਜੀ, ਕਿਉਂਕਿ ਵਿਜ਼ਟਰ ਵੀਜ਼ਾ ਇੱਕ ਇਹੋ ਜਿਹਾ ਵੀਜ਼ਾ ਜਿਹ 'ਚ ਤੁਹਾਡੇ ਪੈਸੇ ਬਹੁਤ ਘੱਟ ਲੱਗਦੇ ਨੇ, 50,000 ਤੋਂ 1,00,000 ਰੁਪਏ ਦਾ ਖਰਚਾ ਹੁੰਦਾ ਜੇ ਆਪਾਂ ਨੋਰਮਲ ਫਾਈਲ ਲਗਾਉਂਦੇ ਹਾਂ ਵਿਜ਼ਟਰ ਵੀਜ਼ੇ ਦੀ। ਸੋ ਹਾਂ, ਹੁਣ ਅੱਜ ਕੱਲ੍ਹ ਜਿਵੇਂ ਕੰਮ ਚੱਲ ਪਿਆ ਨਾ, ਕੋਈ ਸ਼ੋਰਿਟੀ ਦੇ ਕੇ ਤੁਹਾਡੇ ਤੋਂ 15-15 ਲੱਖ ਵੀ ਲਈ ਜਾਂਦਾ ਹੈ ਨਾ, ਮੇਰੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਨਾਲ ਲਿੰਕ ਹੋਏ ਹੁਣ, ਤੇ ਮੈਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਿਆ, ਮੈਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਦਾ 15-15, 18-18 ਲੱਖ ਲਾ ਕੇ ਵਿਜ਼ਟਰ ਤੇ ਆਉਂਦੇ। ਸੋ ਉਹਦਾ ਫਾਇਦਾ ਨਹੀਂ ਕੋਈ, ਜੇਕਰ ਆਪਾਂ 18 ਲੱਖ ਰੁਪਇਆ ਲਾ ਕੇ ਵਿਜ਼ਟਰ ਤੇ ਆ ਗਏ, ਇੱਥੇ ਆ ਕੇ ਕੰਮ ਨਾ ਮਿਲਿਆ, LMI ਨਾ ਮਿਲੀ, 18 ਲੱਖ ਉੱਥੋਂ ਲਾ ਕੇ 30 ਲੱਖ ਇੱਥੇ ਲਾਇਆ, 50 ਲੱਖ ਤੱਕ ਗੱਲ ਪੁੱਜ ਗਈ, ਤੇ ਨਾਲੋਂ ਤਾਂ ਇੰਡੀਆ ਕੋਈ ਬਿਜ਼ਨਸ ਖੋਲ੍ਹਣਾ ਚੰਗਾ ਹੈ। ਸੋ ਵਿਜ਼ਟਰ ਵੀਜ਼ਾ ਲਾਓ, ਬਟ ਲਾਓ ਉਹੀ ਜੋ 50 ਤੋਂ 1,00,000 ਰੁਪਏ ਦਾ ਖਰਚਾ ਹੋਵੇ, 50,000 ਤੋਂ 1,00,000 ਦਾ ਖਰਚਾ, ਉਹ ਲਗਾ ਕੇ ਤੁਹਾਡਾ ਈਜ਼ੀ ਜਿਹੜਾ ਪ੍ਰੋਸੈਸ ਆ 2-3 ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦਾ, ਸੇ ਤੁਸੀਂ ਈਜ਼ੀ ਇੱਥੇ ਆ ਸਕਦੇ ਹੋ, ਕਿਉਂਕਿ ਉੱਥੇ ਤੁਹਾਡੇ ਸਿਰਫ 1,00,000 ਰੁਪਏ ਲੱਗਿਆ, ਇੱਥੇ ਆ ਕੇ ਜੇ LMI ਵੀ ਲੈਣੀ ਪੈ ਗਈ ਜਾਂ ਕੁਝ ਵੀ ਕਰਾਉਣਾ ਪੈ ਗਿਆ, ਚੇਂਜ ਕਰਵਾਉਣਾ ਪੈ ਗਿਆ, ਸੋ ਆਪਾਂ ਲਾ ਸਕਦੇ ਹਾਂ। ਜੇ ਇੰਡੀਆ 20 ਲੱਖ ਵਿਜ਼ਟਰ ਤੇ ਲਗਾ ਦਿੱਤਾ, ਇੱਥੇ ਆ ਕੇ 40 ਲੱਖ ਹੋਰ ਲਾਉਣਾ ਪੈ ਗਿਆ, ਸੋ ਉਹ ਬਹੁਤ ਜ਼ਿਆਦਾ 60 ਲੱਖ ਰੁਪਏ ਇੱਕ ਕਹਿੰਦੇ ਕਹਾਂਦੀ ਵਾਲੀ ਜਿਹੜੀ ਅਮਾਊਂਟ ਹੁੰਦੀ, ਉਹ ਹਰ ਕੋਈ ਨਹੀਂ ਅਫੋਰਡ ਕਰ ਸਕਦਾ। ਸੋ ਇਹ ਚੀਜ਼ ਵੀ ਨਾ ਕਰੀਏ। ਤੀਜੇ ਨੰਬਰ ਤੇ ਇੱਕ ਵਿਜ਼ਟਰ ਵੀਜ਼ਾ ਹੈ ਜਿਹੜਾ ਈਜ਼ੀਲੀ ਲੱਗ ਜਾਵੇਗਾ ਉਹਨਾਂ ਦਾ, ਬਟ ਜੇ ਉਹਦੇ ਲਈ ਤੁਹਾਨੂੰ ਫੰਡ ਸ਼ੋਅ ਕਰਨੇ ਪੈਣੇ ਨੇ, ਆਪਣੇ ਫੰਡ ਤਿਆਰ ਰੱਖਿਓ। ਜੇ ਫੰਡ ਨਹੀਂ ਸ਼ੋਅ ਕਰ ਸਕਦੇ ਨਾ, ਕਿਸੇ ਤੋਂ ਲੈ ਕੇ ਸਕਦੇ, ਤੁਸੀਂ ਲੈ ਕੇ ਜਮ੍ਹਾਂ ਕਰਾ ਸਕਦੇ ਹੋ, ਸਟੇਟਮੈਂਟ ਸ਼ੋਅ ਕਰ ਸਕਦੇ ਹੋ, ਜ਼ਰੂਰੀ ਨਹੀਂ ਹੁੰਦਾ ਆਪਾਂ ਲਾਸਟ 6 ਮਹੀਨੇ ਦੇ ਹੀ ਸ਼ੋਅ ਕਰਨੇ ਹੁੰਦੇ, ਆਪਾਂ ਸਟੇਟਮੈਂਟ ਲਾ ਸਕਦੇ ਹਾਂ ਆਪਣੇ ਬੈਂਕ ਅਕਾਊਂਟ ਦੀ। ਸੋ ਇਹ ਜਿਹੜਾ ਤੁਹਾਨੂੰ ਵਿਜ਼ਟਰ ਵੀਜ਼ੇ 'ਚ ਚੀਜ਼ ਲਾਸਟ ਵਿੱਚ ਮੈਂ ਹੁਣ ਜਿਹੜੀ ਗੱਲ ਕਰਨ ਲੱਗਿਆ ਜੀ, ਉਹ ਹੈਗੀ ਹੈ LMI। ਕਈ ਲੀਮੀਆਂ ਕਹਿ ਦਿੰਦੇ ਆ ਵੀ ਲੀਮੀਆਂ ਲਗਵਾ ਦਿਓ, LMI ਲਗਵਾ ਦਿਓ। ਸੋ ਇਹ ਜਿਹੜਾ ਚੌਥੇ ਨੰਬਰ 'ਤੇ ਮੈਂ ਇਹਨੂੰ ਰੱਖ ਰਿਹਾ, ਕਿਉਂਕਿ ਇਹ ਇੱਕ ਵੱਡਾ ਖਰਚਾ ਹੈ, ਕਿਉਂਕਿ LMI ਦੇ ਵਿੱਚ ਇੰਡੀਆ ਤੋਂ ਜੇ ਕੋਈ ਆਉਣਾ ਚਾਹੁੰਦਾ, ਉਹ ਇੱਕ ਸੌਖਾ ਪਾਥ ਨਹੀਂ ਹੈਗਾ। ਜੇ ਆਪਾਂ ਕਹੀਏ ਆਪਾਂ 40 ਲੱਖ ਲਾ ਲਵਾਂਗੇ, ਉਹਦੀ ਸ਼ੋਰਿਟੀ ਕੋਈ ਨਹੀਂ ਹੁੰਦੀ ਵੀ ਸਾਡਾ ਜਿਹੜਾ ਵੀਜ਼ਾ ਅਪਰੂਵ ਹੋ ਜੇ। LMI ਸਿਰਫ ਉਹਨਾਂ ਦੇ ਲਈ ਚੰਗੀ ਹੈ ਜਿਹੜੇ ਮੇਰੇ ਵੀਰ ਭਰਾ ਆਪਣੇ ਦੁਬਈ ਤੋਂ, ਸਾਊਦੀ, ਕਤਰ, ਬਹਿਰੀਨ, ਪੁਰਤਗਾਲ, ਇਟਲੀ ਤੋਂ ਚਲੋ ਡਾਇਰੈਕਟਲੀ ਆਏ ਜਾਂਦੇ ਇੱਥੇ, ਜਿਹੜੇ ਨੋਰਮਲ ਜਿਹਨੂੰ ਛੋਟੇ ਦੇ ਜਿਹਨਾਂ ਦੀ ਘੱਟ ਇਨਕਮ ਹੁੰਦੀ ਜਿਵੇਂ ਦੁਬਈ ਵਗੈਰਾ ਟਰੱਕ ਡਰਾਈਵਿੰਗ, ਉਹਨਾਂ ਲਈ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ, ਕਿਉਂਕਿ ਉਹਨਾਂ ਦੇ ਕੋਲ 2-3 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਅਤੇ ਉੱਥੇ ਦੀਆਂ ਪੇ ਸਲਿਪਸ ਹੁੰਦੀਆਂ, ਅਤੇ ਉੱਥੇ ਦੇ ਟਰੈਕਿੰਗ ਦਾ ਐਕਸਪੀਰੀਅੰਸ ਹੁੰਦਾ, ਉਹਦੇ ਕਰਕੇ ਉਹਨਾਂ ਦਾ ਜਿਹੜਾ ਵੀਜ਼ਾ ਛੇਤੀ ਅਪਰੂਵ ਹੋ ਜਾਂਦਾ। ਸੋ ਜਿਹੜੇ ਵੀਰ ਭਰਾ ਆਲਰੇਡੀ ਇੰਡੀਆ 'ਚ ਨੇ, ਕੋਈ ਕੰਮ ਨਹੀਂ ਕੀਤਾ ਉਹਨਾਂ ਨੇ, ਹੈ ਨਾ, ਇੰਡੀਆ ਤੋਂ ਆਪਣੇ LMI ਲੈਣਾ ਚਾਹੁੰਦੇ ਨੇ, ਏਜੰਟਾਂ ਦੇ ਚੱਕਰਾਂ 'ਚ ਫਸ ਗਏ ਨੇ ਵੀ ਉਹ ਕਹਿ ਦਿੰਦੇ ਏਜੰਟ ਨੇ ਦੇਖੋ ਕਹਿਣਾ ਹੁੰਦਾ, ਉਹਦਾ ਕੰਮ ਹੈ, ਉਹਨੇ ਤਾਂ ਕਹਿਣਾ ਹੀ ਕਹਿਣਾ ਵੀ ਵੀਜ਼ਾ ਆਪਾਂ 100% ਲਿਆ ਦਾਂਗੇ, ਜੇ ਵੀਜ਼ਾ ਨਾ ਆਇਆ ਫਿਰ ਤਾਂ ਤੁਹਾਡੇ ਹੱਥ ਕੁਝ ਨਹੀਂ ਨਾ ਰਹਿੰਦਾ। ਸੋ ਇਹ ਚੀਜ਼ਾਂ ਦਾ ਤੁਹਾਨੂੰ ਜਿਹੜਾ ਧਿਆਨ ਰੱਖਣਾ ਪੈਂਦਾ। ਸੋ ਉਹਨਾਂ ਨੂੰ ਮੈਂ ਇਹ ਪ੍ਰੈਫਰ ਕਰਦਾ ਕਿ ਉਹ ਮੇਰੇ ਵੀਰ ਭਰਾ ਨਾ ਇਸ ਚੀਜ਼ 'ਤੇ ਚੱਕਰ 'ਚ ਪੈਣ ਜ਼ਿਆਦਾ ਕਰਕੇ। ਹਾਂ, ਜੇ ਕਿਸੇ ਨੂੰ ਜ਼ਿਆਦਾ ਹੀ ਪਿੱਛੋਂ ਫਾਈਨੈਂਸ਼ਲੀ ਸਪੋਰਟ ਹੈਗੀ ਆ, ਪੈਸੇ ਹੈਗੇ ਨੇ ਵੀ ਆਪਾਂ ਇੱਕ ਵਾਰ ਦਾ ਲਾ ਕੇ ਦੇਖ ਲਈਏ, ਉਹ ਮੇਰਾ ਵੀਰ ਭਰਾ ਜ਼ਰੂਰ ਆਪਣੇ ਜਿਹੜਾ ਇਹ ਚੀਜ਼ ਕਰਕੇ ਦੇਖ ਸਕਦੇ ਨੇ। ਬਟ ਜਿਹੜੇ ਬੰਦਿਆਂ ਕੋਲ ਕੁਝ ਐਕਸਪੀਰੀਅੰਸ ਹੈ, ਚਾਹੇ ਮਕੈਨਿਕ ਦਾ, ਇੰਜੀਨੀਅਰਿੰਗ ਦਾ, ਉਹ ਬੰਦੇ LMI ਵੱਲ ਧਿਆਨ ਦੇਣ, ਬਾਕੀ ਤੇ ਨਾ ਹੀ ਦੇਣ, ਕਿਉਂਕਿ LMI ਦਾ ਰੇਟ ਜਿਹੜਾ ਇੰਡੀਆ ਦਾ 40 ਲੱਖ ਤੱਕ ਪੁੱਜ ਜਾਂਦਾ। ਸੋ ਇੰਡੀਆ ਦਾ 40 ਲੱਖ ਆ ਕੇ ਉੱਥੋਂ ਵੀ ਚਲੋ ਆਪਾਂ ਇੱਕ ਇਹ ਚੀਜ਼ ਸੋਚ ਲਈ ਵੀ ਉੱਥੋਂ LMI ਆਪਾਂ ਲੈ ਕੇ, ਹੈ ਨਾ, ਸਾਡਾ ਵੀਜ਼ਾ ਵੀ ਆ ਗਿਆ 40 ਲੱਖ ਦੇ ਵਿੱਚ, ਪਰ ਤੁਹਾਨੂੰ ਇਹ ਸ਼ੋਰਿਟੀ ਹੈਗੀ ਹੈ ਵੀ ਜਿਹੜੀ ਉਹ LMI ਤੁਹਾਨੂੰ ਦਿੱਤੀ, ਉਹ ਬੰਦਾ ਤੁਹਾਨੂੰ ਇੱਥੇ ਆ ਕੇ ਕੰਮ ਦਊਗਾ? ਨਹੀਂ ਦਿੰਦੇ, ਕਿਉਂਕਿ ਰੀਸੈਂਟਲੀ ਸਾਡੇ ਨਾਲ ਹੀ ਮੁੰਡਾ ਆਇਆ ਸੀ, ਉਹ ਆਇਆ ਸੀ ਸਰੀ ਦੇ ਵਿੱਚ, ਆਪਾਂ ਰਹਿੰਦੇ ਹਾਂ, ਅਸੀਂ ਰਹਿੰਦੇ ਸੀ ਉਸ ਟਾਈਮ ਬ੍ਰੈਂਪਟਨ 'ਚ, ਹੁਣ ਮੈਂ ਚਲੋ ਮੂਵ ਹੋ ਗਿਆ। ਉਹਨੇ ਇੰਡੀਆ ਤੋਂ 25-30 ਲੱਖ ਰੁਪਏ ਲਾ ਕੇ ਫਾਰਮਿੰਗ ਬੇਸ 'ਤੇ ਮੁੰਡਾ ਸਰੀ ਆਇਆ। ਏਅਰਪੋਰਟ ਤੇ ਪੁੱਜਦੇ ਸਾਰ ਹੀ ਉਹਦੇ ਏਜੰਟ ਨੇ ਇਹ ਗੱਲ ਕਹਿ ਕੇ ਕਹਿ ਦਿੱਤੀ ਵੀ ਹੁਣ ਤੂੰ ਆਪਣਾ ਰਾਹ ਆਪ ਦੇਖ, ਮੇਰੇ ਕੋਲ ਤੇਰੇ ਲਈ ਕੰਮ ਨਹੀਂ ਹੈਗਾ, ਸੋ ਕੰਮ ਤੈਨੂੰ ਹੁਣ ਆਪਣਾ ਆਪ ਦੇਖਣਾ ਪੈਣਾ, ਤੈਨੂੰ ਮੈਂ ਕੈਨੇਡਾ ਪਜਾ ਤਾ। ਸੋ ਕੈਨੇਡਾ 30 ਲੱਖ ਲਾ ਕੇ ਵੀ ਪੁੱਜਿਆ, ਉਹ ਕੋਈ ਫਿਰ ਫਾਇਦਾ ਨਹੀਂ ਹੋਇਆ। ਹੁਣ ਉਹ ਵਿਜ਼ਟਰ ਵੀਜ਼ੇ ਦੇ ਹਿਸਾਬ ਨਾਲ ਇੱਕ ਤਰ੍ਹਾਂ ਹੁਣ ਵਿਚਾਰਾ ਕੈਸ਼ 'ਤੇ ਚਲੋ ਕੰਮ ਕਰ ਰਿਹਾ,
ਕੈਸ਼ ਤੇ ਕੰਮ ਕਰਕੇ ਹੁਣ ਉਹ ਟਰੱਕ ਦਾ ਲਾਇਸੈਂਸ ਬਣਾਉਂਗਾ ਤੇ ਕਿਸੇ ਹੋਰ ਬੰਦੇ ਨਾਲ ਗੱਲ ਕੀਤੀ ਉਹ ਉਹਨੂੰ ਦੁਬਾਰੇ LMI ਦਊਂਗਾ ਤੇ ਜਿਹੜੇ ਪੈਸੇ ਕਮਾਉਂਗਾ ਉਹਦੇ ਵਿੱਚੋਂ ਪੈਸੇ ਕਟਵਾਉਂਗਾ। ਸੋ ਦੇਖੋ 30 ਲੱਖ ਲਾਇਆ ਹੋਇਆ, 30 ਲੱਖ ਇੱਥੇ ਤੋਂ 60 ਲੱਖ 70 ਲੱਖ ਤੱਕ ਗੱਲ ਪੁੱਜ ਗਈ। ਸੋ ਇਹ ਵੀ ਧਿਆਨ ਰੱਖਿਆ ਕਰੋ ਜੇ LMI ਲੈ ਤੇ ਲਈ ਇੱਥੇ ਆ ਕੇ ਤੁਹਾਨੂੰ ਕੰਮ ਦੇਣਗੇ ਜਾਂ ਨਹੀਂ ਦੇਣਗੇ, ਜੇ ਦੇਣਗੇ ਤਾਂ ਕਿਹੜਾ ਕੰਮ ਦੇਣਗੇ, ਕਿਉਂਕਿ LMI ਦੇ ਵਿੱਚ ਸਾਨੂੰ ਉਹਦੇ ਬੰਦੇ ਦੇ ਨਾਲ ਹੀ ਕੰਮ ਕਰਨਾ ਪੈਂਦਾ। ਸੋ ਆਪਾਂ ਕੰਮ ਨੂੰ ਨਹੀਂ ਛੱਡ ਸਕਦੇ। ਸੋ ਜਿਹੜੀ ਆਪਾਂ LMI ਤੇ ਲੈ ਲੈਂਦੇ ਹਾਂ ਉਹ ਜ਼ਰੂਰ ਇਸ ਚੀਜ਼ ਦਾ ਪਤਾ ਕਰਿਆ ਕਰੋ ਕਿ LMI ਦੇ ਨਾਲ ਸਾਨੂੰ ਕੰਮ ਮਿਲ ਰਿਹਾ ਕੈਨੇਡਾ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਜਿਹੜੀ LMI ਆ ਉਹ ਇੱਦਾਂ ਦੀਆਂ ਰਹਿ ਗਈਆਂ ਕਿ ਤੁਹਾਨੂੰ LMI ਤੇ ਮਿਲਦੀ ਆ ਬਟ ਕੰਮ ਨਹੀਂ ਮਿਲਦਾ। ਸੋ ਕੰਮ ਦਾ ਜ਼ਰੂਰ ਪਤਾ ਕਰਿਆ ਕਰੋ, ਕਿਉਂਕਿ ਜੇ ਕੰਮ ਨਹੀਂ ਮਿਲਿਆ ਫਿਰ ਤੁਸੀਂ ਕੈਨੇਡਾ ਆਏ ਕਿਸੇ ਕੰਮ ਦੇ ਨਹੀਂ, ਕਿਉਂਕਿ ਕੰਮ ਹੋਰ ਲੱਭਣਾ ਪੈਣਾ, ਹੋਰ ਕਿਸੇ ਨੇ ਕੰਮ ਦੇਣਾ ਨਹੀਂ ਦੇਣਾ, ਸਾਲ 2 ਸਾਲ ਮਿਲਿਆ ਕੰਮ ਕੁਝ ਨਹੀਂ ਪਤਾ ਇੱਥੇ ਦੇ ਜਿਹੜੇ ਹਾਲਾਤ ਅੱਜ ਦੇ ਹਿਸਾਬ ਨਾਲ ਚੱਲਦੇ ਨੇ। ਸੋ LMI ਲਓ ਪਰ ਪਤਾ ਕਰੋ। ਹੁਣ ਕਈ ਕਹਿੰਦੇ ਨੇ ਜੀ, ਮੈਂ ਇੱਕ ਚੀਜ਼ ਹੋਰ ਤੁਹਾਨੂੰ ਵੈਰੀਫਾਈ ਕਰਦਾ, ਕਿਉਂਕਿ ਇੰਡੀਆ ਤੇ ਕਿਸੇ ਦਾ ਵੀਜ਼ਾ ਲੱਗਣਾ ਸੀ ਆਪਣੇ, ਹੈ ਨਾ, ਸਾਡੇ ਨਾਲ ਮੇਰੇ ਨਾਲ ਪਿਆਰ ਸੀ, ਕੋਈ ਯਾਰ ਮਿੱਤਰ ਲਾ ਲਓ, ਉਹਦਾ ਵੀਜ਼ਾ ਲੱਗਦਾ ਸੀ ਇੰਡੀਆ ਤੋਂ, ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਤੁਹਾਨੂੰ 25 ਕੁ ਲੱਖ ਦੇ ਵਿੱਚ, ਹੈ ਨਾ, ਆਪਾਂ ਤੁਹਾਡਾ ਵੀਜ਼ਾ ਲਗਾ ਦਿੰਦੇ ਹਾਂ, ਤੁਸੀਂ ਬਾਹਰ ਪਹੁੰਚੋਗੇ ਤੇ ਕੰਮ ਨਹੀਂ ਹੈਗਾ ਪਰ ਤੁਹਾਡੇ ਪੇਰੋਲ ਚਲਵਾ ਦਾਂਗੇ, ਹੈ ਨਾ। ਸੋ ਬੰਦੇ ਨੂੰ ਵੀ ਲੱਗਿਆ ਚੱਲ ਕੋਈ ਨਹੀਂ, 20-25 ਲੱਖ ਨਾਲ ਵੀ ਇੱਥੇ ਪਹੁੰਚ ਜਾਊਂਗਾ ਮੈਂ, ਠੀਕ ਆ ਪੇਰੋਲ। ਉਹ ਬੰਦੇ ਨੂੰ ਇਹ ਗੱਲ ਨਹੀਂ ਪਤਾ ਸੀ ਵੀ ਪੇਰੋਲ ਚਲਾਉਣ ਦੇ ਵੀ ਪੈਸੇ ਲੱਗਣੇ ਨੇ। ਸੋ ਇਹ ਗੱਲ ਵੀ ਧਿਆਨ 'ਚ ਰੱਖ ਕੇ ਆਇਆ ਕਰੋ, ਜੇ 25 ਲੱਖ ਉੱਥੋਂ ਤੋਂ ਉਹਦਾ ਲਾਇਆ ਏ, ਜਿਹੜੇ ਪੇਰੋਲ ਚੱਲਦੇ ਨੇ 12-12, 13-13 ਹਜ਼ਾਰ ਡਾਲਰ ਇੱਥੇ ਦੇਣਾ ਪੈਂਦਾ ਹਰ ਮਹੀਨੇ, ਜਿਹੜੇ ਪੈਸੇ ਉਹਨਾਂ ਨੂੰ ਦੇਣੇ ਪੈਂਦੇ ਉਹ ਤੁਹਾਨੂੰ ਦੁਬਾਰਾ ਪੇਰੋਲ ਚਲਾਉਂਦੇ ਉਹਦਾ ਟੈਕਸ ਅਲੱਗ ਤੇ ਦੇਣਾ ਪੈਂਦਾ। ਸੋ 25 ਲੱਖ ਦੀ 50 ਲੱਖ ਤੱਕ ਪੁੱਜ ਜਾਂਦਾ, ਇਹਦੇ ਚੀਜ਼ ਦਾ ਵੀ ਖਾਸ ਕਰਕੇ ਧਿਆਨ ਰੱਖਿਆ ਕਰੋ। ਸੋ ਇਹ LMI ਦਾ ਇੰਨਾ ਸੌਖਾ ਨਹੀਂ ਜੇ ਆਪਾਂ ਕਹੀਏ ਇੰਡੀਆ ਤੇ ਸੌਖਾ ਲੱਗ ਜਾਊਗਾ, ਇੰਡੀਆ ਵਾਲੇ ਘਰੇ ਬੈਠੇ ਬੰਦੇ ਦਾ LMI ਸੌਖੀ ਪ੍ਰੂਵ ਹੁੰਦੀ ਨਹੀਂ। ਸੋ ਇਮੀਗ੍ਰੇਸ਼ਨ ਵਾਲੇ ਵੀ ਹੁਣ ਬਹੁਤ ਜਿਹੜੀ ਸਖਤਾਈ ਕਰੀ ਜਾਂਦੇ ਨੇ ਅੱਗੇ ਤੋਂ ਅੱਗੇ। ਸੋ ਸਭ ਤੋਂ ਪਹਿਲਾਂ ਮੈਂ ਇਹੀ ਚੀਜ਼ ਕਹੂੰਗਾ ਵੀ ਸਟੱਡੀ ਵੀਜ਼ੇ ਤੇ ਆਓ, ਸਭ ਤੋਂ ਈਜ਼ੀ ਵੇ ਹੈ, 18-20 ਲੱਖ ਲੱਗਦਾ ਇੱਕ ਲੀਗਲ ਢੰਗ ਨਾਲ ਤੁਸੀਂ ਆ ਜਾਂਦੇ ਹੋ, ਲੀਗਲ ਢੰਗ ਨਾਲ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ, 2 ਸਾਲ ਜੇ ਫੀਸਾਂ ਦੇਤੀਆਂ 3 ਸਾਲ ਕੰਮ ਹੀ ਕਰਨਾ, ਉਹ ਉਹਦੇ ਨਾਲ ਤੁਸੀਂ 3 ਸਾਲ ਦੇ ਵਿੱਚ PR ਵੀ ਹੋ ਸਕਦੇ। ਦੂਜੇ ਨੰਬਰ ਤੇ ਸਪਾਊਸ ਆ ਗਿਆ ਜੀ, 2 ਤੇ 4 ਹੱਥ ਹੋ ਗਏ, ਉਹ ਵੀ ਤੁਸੀਂ ਲਗਾ ਸਕਦੇ ਹੋ। ਤੀਜੇ ਤੇ ਵਿਸਟਰ, ਜੇ ਕਿਤੇ 3 ਚੋਂ ਨਾ ਬਣਿਆ ਫਿਰ LMI ਬਾਰੇ ਸੋਚਿਓ। ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਵਧੀਆ ਤੇ ਘੈਂਟ ਜਿਹੜੀਆਂ ਇਨਫੋਰਮੇਸ਼ਨ ਆ ਤੁਹਾਨੂੰ ਇੱਦਾਂ ਹੀ ਲੈ ਕੇ ਆਊਂਗਾ, ਇੱਦਾਂ ਪਿਆਰ ਦਿੰਦੇ ਰਹੋ, ਜਿਹੜੇ ਪਿਆਰ ਕਰਦੇ ਨੇ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਆ ਕਰੋ। ਸੋ ਹੁਣ ਦੋ ਮੈਨੂੰ ਇਜਾਜ਼ਤ ਸਾਰੇ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਿਲਦੇ ਹਾਂ ਕਿਸੇ ਅਗਲੇ ਘੈਂਟ ਜੇ ਵਲੋਗ 'ਚ।